ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਈ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤਾਂ ਵੀਰ ਜੀ, ਅੱਜ ਆਪਣੀ ਵਿਜਿਟ ਹੈਗੀ ਆ ਸ਼ਹਿਰ ਪੱਟੀ, ਜ਼ਿਲ੍ਹਾ ਤਰਨ ਤਾਰਨ ਪੈਂਦਾ, ਤਹਿਸੀਲ ਵੀ ਪੱਟੀ ਪੈਂਦੀ ਆ। ਕੋਈ ਵੀਰ ਨੂੰ ਵਪਾਰ ਨਹੀਂ ਕਰਦੇ, ਘਰ ਦੇ ਪਸ਼ੂ ਹੈ ਜੀ, ਪਰ ਵੀਰ ਨੇ ਸਜਾਈ ਦੀ ਸਿਰਾ ਕਰਾ ਤਾ, ਫੁਲਕਾਰੀ ਫੁਲਕਰੀ ਪਾ ਕੇ ਨਜ਼ਾਰੇ ਲਿਆ ਤੇ ਕਰਾ ਦੀ। ਅਤੇ ਆਓ ਹੁਣ ਬਾਈ ਜੀ ਨੇ ਗੱਲਬਾਤ ਕਰੀਏ, ਇਹਦਾ ਪ੍ਰਾਈਸ ਕੀ ਆ, ਕੀ ਮਿਲਕ ਰਿਕੋਰਡ ਆ। ਉਸ ਤੋਂ ਪਹਿਲਾਂ ਬਾਈ ਜੀ ਰਿਕੁਐਸਟ ਕਰੋ, ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸਲੀ ਖਰੀਦੋ। ਵਾਰ ਵਾਰ ਜੀ ਇਹ ਬੇਨਤੀ ਕਰ ਦਿੰਦੇ ਹਾਂ ਕਿ ਚੁਆਈ ਜ਼ਰੂਰ ਕਰਿਆ ਕਰੋ, ਨਾਲੇ ਵੀਡੀਓ ਬਾਤ ਸ਼ੇਅਰ ਕਰਦਿਆ ਕਰੋ, ਚਲੋ ਗਾਹ ਕੋਈ ਵੀ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਨੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ ਜੀ, ਬਾਕੀ ਪਹਿਲੀ ਵਾਰੀ ਘਰੇ ਪਹੁੰਚਣ ਦੇ। ਚਲੋ ਧੰਨਵਾਦ ਜੀ, ਧੰਨਵਾਦ। ਤੇ ਬਾਕੀ ਬਾਈ ਜੀ ਆਹ ਫੁਲਕਾਰੀ ਦਾ ਕੰਮ ਨੇ ਬੜਾ ਸਿਰਾ ਕਰਾਇਆ। ਸਾਨੂੰ ਰੀਤ ਜੀ ਨਾ ਨਾ ਰੀਤ ਕਿਹੜੀ ਗੱਲ ਹੈ ਬਾਈ ਜੀ, ਪਗਾਣੀ ਜ਼ਰੂਰੀ ਹੈ ਜੀ, ਠੀਕ ਹੈ ਨਾ। ਤੇ ਬਾਈ ਜੀ ਆਪਣਾ ਵਪਾਰ ਦਾ ਆਪਾਂ ਕਰ ਦੇਣਾ ਨਾ, ਨਹੀਂ ਨਹੀਂ ਕੋਈ ਨਹੀਂ ਕਰਦੇ, ਘਰਦੇ ਪਸ਼ੂ ਹੈ ਜੀ, ਹਾਂਜੀ ਕਰਦੇ, ਠੀਕ ਆ। ਤੇ ਫੁਲਕਾਰੀ ਭਗਤ ਹੋਗੇ ਫਿਰ? ਹਾਂਜੀ ਹਾਂਜੀ, ਨਹੀਂ ਨਹੀਂ ਠੀਕ ਹੈ ਜੀ, ਠੀਕ ਹੈ। ਤੇ ਕਿਹੜੇ ਮਾਸੂ ਹੈ ਜੀ? ਦੂਜੇ ਸੂਏ ਸੂਰੇ ਯਾਰ ਕਿ? ਅੱਛਾ ਦੂਜਾ ਸੂਆ, ਠੀਕ ਆ, 5-6 ਦਿਨ ਲੈ ਜੂਗੀ, ਠੀਕ ਆ। ਤੇ ਹੋ ਸਕੇ ਭਾਂ ਪਹਿਲੇ ਸੂਏ ਤੇ ਕਿ ਇਹਨਾਂ ਦੁੱਧ ਦਾ ਰਿਕਾਰਡ ਬਹੁਤ ਵਧੀਆ ਹੈ। ਕਿੰਨਾ ਸੀ ਜੀ ਪਹਿਲੇ ਸੂਏ ਨੇ ਕੱਢਿਆ? ਜੋ 14.5 ਕਿਲੋ ਦਾ। ਅੱਛਾ ਠੀਕ ਆ, ਹਾਂਜੀ ਠੀਕ ਹੈ ਯਾਰ, ਕਿ ਤੁਹਾਨੂੰ ਵੱਧ ਆਸਰਾ ਹੈ, ਠੀਕ ਆ। ਤੇ ਟਾਈਮ ਕਿੰਨਾ ਪੈ ਜੇ ਨੂੰ? ਟਾਈਮ ਕਰੀਬ 3 ਕਿ ਦਿਨ ਰਹਿੰਦੇ, ਵੈਸੇ 3 ਦਿਨ ਪੂਰੇ ਹੋਣ। ਅੱਛਾ 3 ਦਿਨ ਹੁੰਦੇ, ਬਾਕੀ ਇਹਨਾਂ ਵਾਂ ਕੀ ਹੋ ਸਕੇ 1-2 ਦਿਨ ਵੱਧ। ਹਾਂ ਨਹੀਂ ਲੈ ਸਕਦੀ ਜੀ, ਇਹ ਉਧਰੋਂ ਆਈ ਹੈਰਾਨੀ ਤੋਂ ਆਈ ਛੁੱਟੀ ਜੀ। ਹਾਂਜੀ ਹਾਂਜੀ, ਆਪਾਂ ਵੀ ਤੁਹਾਡੀ ਵੀਡੀਓ ਦੇਖ ਕੇ ਲਈ ਹਾਂ। ਨਹੀਂ ਚਲੋ ਕੋਈ ਗੱਲ ਨਹੀਂ ਭਾਈ, ਬਾਕੀ ਇਹਨਾਂ ਵਾਂ ਸੀਰ ਸਾਗ ਬਹੁਤ ਜ਼ਿਆਦੀ। ਹਾਂ ਨਹੀਂ ਠੀਕ, ਤੇ ਗਾਂ ਫਿਰ ਠੀਕ ਆ ਭਰਾਏ ਜੀ? ਹਾਂਜੀ ਠੀਕ ਆ ਭਰਾਇਆ। ਕਿਹੜਾ ਭਰਾਇਆ ਜੀ? ਭਾਈ ਆਪਾਂ ਨੂੰ ਇੰਨਾ ਪਤਾ ਨਹੀਂ ਆ। ਅੱਛਾ, ਤੇ ਬਾਕੀ ਇਹਨਾਂ ਟੀਕਾ ਵਧੀਆ ਭਰਿਆ। ਚੰਗਾ ਭਰਾਇਆ, ਹਾਂਜੀ ਹਾਂਜੀ ਠੀਕ ਹੈ। ਤੇ ਖੋਲੀ ਵੀਰ ਜੀ ਫਿਰ? ਹਾਂਜੀ ਤਾਂ ਖੋਲੋ ਜੀ ਫਿਰ। ਲਓ ਜੀ ਦੇਖੋ, ਸੋਹਣੀ ਝੁੱਟੀ ਆ, ਦੂਜਾ ਸੂ ਸੋਹਣੀ ਆ, ਰਿਕਾਰਡ ਵਾਲੀ ਆ ਨਾਲੇ, ਠੀਕ ਹੈ ਜੀ। ਪਹਿਲਾਂ ਤਾਂ ਕਾਰ ਵੀ ਬੜਾ ਸੋਹਣਾ, ਤੇ ਵੇਖੋ ਸੀਲ ਠੰਡੀ ਬਹੁਤ ਆ। ਇਹ ਜਾਗ ਨੂੰ ਇੱਧਰ ਕਰ ਦਿਓ ਮਾੜਾ ਜਿਹਾ, ਆ ਵੇਖੋ ਆ ਵੇਖੋ, ਠੀਕ ਹੈ। ਨਹੀਂ ਵੱਡੀ ਝੁੱਟੀ ਪੂਰੀ ਨਾਲੇ, ਹਾਂਜੀ ਠੀਕ ਠੀਕ ਆ, ਬਾਕੀ ਜਵਾਜ ਬਹੁਤ ਵਧੀਆ। ਹਾਂਜੀ ਹਾਂਜੀ, ਕਿਸੇ ਪਾਸੋਂ ਨਹੀਂ ਕੁਛ ਸੋਚਿਆ, ਬਸ ਠੀਕ ਆ। ਲੈ ਚਲੋ ਉੱਥੇ ਲੈ ਚਲੋ, ਬੰਦ ਹੋ ਜੀ, ਚੁਆਜ ਵਧੀਆ ਨਿਕਲਿਆ ਜੀ, ਬਹੁਤ ਜ਼ਿਆਦਾ ਵਧੀਆ ਭਾਜੀ, ਬਹੁਤ ਜ਼ਿਆਦਾ, ਠੀਕ ਆ। ਹਾਂਜੀ ਹਾਂਜੀ, ਫਿਰ ਬੋਲੋ ਭਾਜੀ, ਫਿਰ ਜੈ ਜੀ ਕਰ ਦਿਓ, ਮੁੱਲ 31, ਹਾਂਜੀ ਤੇ 5 ਛੋੜ, 1-25 ਹੋਰ ਕਰ ਦੇ ਮੌਕੇ ਤੇ, ਬਾਕੀ ਜੋ ਤੁਸੀਂ ਆਖੋ ਛੋੜ ਛੱਪਾ ਹੋਰ ਕਰਨਾ। ਚਲੋ ਆਦੇ ਸਾਂ ਕਰ ਦੇ ਜਿੰਨਾ ਤੁਹਾਨੂੰ ਚੰਗਾ ਲੱਗੇ, ਚਲੋ ਬਾਕੀ ਇਹਨਾਂ ਝੋਟੀ ਚੰਗੀ ਆਏ। ਹਾਂਜੀ ਜਿਹੜਾ ਮਰਜ਼ੀ ਬਹਿ ਜਾਓ, ਬਸ ਠੀਕ ਆ, ਜੇ ਮਰਜ਼ੀ ਜੋਈ ਜਾਓ, ਨਹੀਂ ਠੀਕ ਹੈ ਜੀ, ਠੀਕ ਹੈ, ਲੱਤ ਮਾਰਨੀ ਨਹੀਂ ਆ। ਚਲੋ ਚਲੋ, ਬਹੁਤ ਸੁੰਦਰ, ਠੀਕ ਠੀਕ। ਬੋਲੋ ਫਿਰ ਭਾਜੀ ਨੰਬਰ? 96461, ਹਾਂਜੀ 5469, ਠੀਕ ਆ, 96461, ਹਾਂਜੀ 5469, ਸ਼ਹਿਰ ਪੱਟੀ, ਸ਼ਹਿਰ ਪੱਟੀ ਤੇ ਆ ਕੇ ਤੁਸੀਂ ਸੰਪਰਕ ਕਰੇ ਵੀਰ, ਠੀਕ ਆ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।